ਹਾਂਜੀ ਯਾਰ, ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਦਾ? ਉਮੀਦ ਕਰਦੇ ਠੀਕ ਠਾਕ ਹੋ, ਤੁਹਾਡੇ ਜਾਣ ਵਾਲੇ ਸੈੱਟ ਵੈੱਟ ਹੋਣਗੇ। ਅਤੇ ਮਿੱਤਰੋ, ਅੱਜ ਆਪਾਂ ਲੱਗੇ ਹਾਂ ਕਬੂਤਰੀ ਸਾਂਭਣ, ਜਿਹੜੀ ਕਬੂਤਰੀ ਕੱਲ੍ਹ ਨੂੰ ਬਾਜੀ ਛੱਡਣੀ ਆ, ਅਤੇ ਉਹ ਪਿੰਡ ਹੈਗਾ ਕੋਟ ਕਿਸੇ ਖਾਂ ਦੇ ਨਾਲ ਮਹਿਲਕਣਾ। ਅਤੇ ਬਾਕੀ ਮੈਂ ਅਤੇ ਨੁੰਨਾ ਬਾਈ ਅੱਜ ਇੱਥੇ ਬੈਠੇ ਸੀ, ਕਬੂਤਰੀਆਂ ਤੁਹਾਨੂੰ ਦਿਖਾ ਦਿੰਦੇ ਹਾਂ। ਇੱਕ ਮਿੰਟ, ਇਹ ਆਹ ਦੇਖੋ ਜੀ, ਆਹ ਤਾਂ ਆਪਣੀ ਹੈ ਸ਼ਾਖ ਹੀ ਟੂਸੇ ਵਾਲੀ, ਇਹ ਛੱਡਣੀ ਆ। ਆਹ ਦੇਖੋ ਕਿੰਨੀ ਮਸਤ ਹੁੰਦੀ ਆ, ਉਹ ਤੀਰਥ ਦੇ ਘਰੋਂ ਚਿੱਟੀਆਂ ਦੀ ਕਬੂਤਰੀ, ਆਹ ਦੇਖ ਲਓ, ਲਾਲ ਚੀਨੀ, ਠੀਕ ਆ ਜੀ। ਅਤੇ ਆਹ ਦੇਖ ਲਓ ਚੰਗੀ ਤਰ੍ਹਾਂ, ਅਤੇ ਇੱਧਰੋਂ ਆਪਣੀ ਸ਼ਾਖ ਹੀ, ਇੱਧਰਾਂ ਵੀ ਪਹਿਲਾਂ ਪਾਈ ਜਾਂਦੀ ਆ, ਇਹ ਤਾਂ ਮਸਤ ਹੋਈ ਜਾਂਦੀ ਆ। ਅਤੇ ਮਿੱਤਰੋ, ਬਾਕੀ ਤੁਹਾਨੂੰ ਮੈਂ ਇੱਕ ਮਿੰਟ ਇਹਨੂੰ ਲਾ ਦਈਏ, ਬਾਕੀ ਤੁਹਾਨੂੰ ਦੱਸਦਾ ਮੈਂ, ਗੱਲਬਾਤ ਕਰਦਾ। ਇੱਧਰ ਨਾ ਮੈਂ ਅਤੇ ਨੁੰਨਾ ਬਾਈ ਚੱਲ ਗਿਆ ਕੰਮ 'ਤੇ, ਅਤੇ ਇਹਦੇ 'ਚ ਲਾਉਂਦੇ ਸੀਗੇ ਮੈਟ। ਆ ਦੇਖੋ, ਇੰਨਾ ਕੁ ਤਾਂ ਅਸੀਂ ਲਾ ਤਾ ਵੈਸੇ ਤਾਂ ਇੱਧਰ, ਅਤੇ ਇੱਧਰੋਂ ਸ਼ੁਰੂ ਕਰਤਾ। ਆ ਦੇਖੋ, ਘੈਂਟ ਕਰਤਾ ਪੂਰਾ, ਵੈਸੇ ਤਾਂ ਕੰਮ ਸ਼ੁਰੂ ਤਾਂ ਕਰਤਾ ਸੀਗਾ, ਉਹ ਕੰਮ 'ਤੇ ਚੱਲ ਗਿਆ, ਚਲੋ ਬਾਕੀ ਆ ਕੇ ਕਰ ਦਾਂਗੇ, ਕੋਈ ਚੱਕਰ ਨਹੀਂ ਜਦੋਂ ਆ ਗਿਆ। ਆ ਦੇਖੋ, ਸਾਰੇ ਪਾਸੇ ਐਂ ਓਕੇ ਰਿਪੋਰਟਾਂ ਕਰਤੀਆਂ, ਅਤੇ ਬਾਕੀ ਥੱਲੇ ਵਾਲੇ ਪਾਸੋਂ ਮੜਨਾ ਰਹਿ ਗਿਆ। ਆ ਦੇਖੋ, ਇੱਥੋਂ ਤਾਂ ਲਾਤੇ ਨਾ ਟੋਪੇ, ਆ ਦੇਖੋ ਇੱਧਰੋਂ ਦੱਸਿਓ ਤਾਂ, ਅਤੇ ਬਾਕੀ ਪਿੰਜਰਾ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਿਆ ਆਪਣਾ ਹੁਣ ਪਹਿਲਾਂ ਨਾਲੋਂ। ਹਜੇ ਤਾਂ ਰੈੱਡ ਮੈਟ ਆ ਉਹ ਵਿਛਾ ਦੇਣਾ ਆਪਾਂ, ਉਦੋਂ ਵੀ ਗਾਰਡਰ ਲੱਗਣਾ ਮਿੱਤਰੋ, ਸਿਰਾ ਬਣ ਜਾਣਾ ਮਾਹੌਲ ਪੂਰਾ। ਅਤੇ ਬਾਕੀ ਯਾਰ, ਕੱਲ੍ਹ ਨੂੰ ਉਦਣ ਮਨਾਵੇ ਵਾਲੀ ਬਾਜੀ 'ਤੇ ਆਪਾਂ ਦੂਰਬੀਨ ਲੈ ਕੇ ਗਏ ਸੀ, ਕੱਲ੍ਹ ਨੂੰ ਦੂਰਬੀਨ ਜ਼ਰੂਰ ਲੈ ਕੇ ਜਾਵਾਂਗੇ, ਯਾਦ ਨਾ, ਉਦਣ ਅਸੀਂ ਔਖੇ ਬਹੁਤ ਹੋਏ ਕਬੂਤਰ ਦਿਖਾਉਣੇ ਸਾਨੂੰ। ਅਤੇ ਆ ਬਾਕੀ ਤੁਹਾਨੂੰ ਮੈਂ ਦੱਸ ਦਿੱਤਾ, ਆਹ ਦੋਨੇ ਕਬੂਤਰੀਆਂ ਛੱਡਾਂਗੇ, ਬਾਈ ਜਗਰੂਪ ਅੱਜ ਆਜੂਗਾ, ਆਪੇ ਸਾਂਭੂਗਾ ਉਹ, ਅਤੇ ਬਾਬੇ ਦੀ ਮਿਹਰ ਨਾਲ ਰਹੀ ਕਿਰਪਾ, ਜ਼ਰੂਰ ਬਾਈ ਜਿੱਤਾਂਗੇ ਮਿੱਤਰੋ। ਬਾਕੀ ਸਾਰੇ ਆਪਣੇ ਭਾਈ ਉਮੀਦਾਂ ਲੈ ਕੇ ਜਾਂਦੇ ਆ, ਅਤੇ ਆਹ ਸਪਰਿੰਗ ਸਪਰੁੰਗ ਕਿਵੇਂ ਜੰਗ ਲੱਗ ਗਈ, ਆਹ ਦੇਖੋ ਇਹ ਵੀ ਐਂ ਲਾ ਕੇ ਦੇਖ ਲਾਂਗੇ, ਨਾ ਹੋਇਆ ਉੱਥੇ ਨਵਾਂ ਲਿਆ ਦਾਂਗੇ ਯਾਰ, ਨਵਾਂ ਲਿਆ ਕੇ ਲਾ ਲਾਂਗੇ ਇਹਦੇ 'ਚ। ਅਤੇ ਬਾਂਹ ਨੂੰ ਘੈਂਟ ਗਿਆ ਮਿੱਤਰੋ, ਘੁਮਾ ਕੇ ਦਿਖਾਉਣਾ ਤੁਹਾਨੂੰ, ਆਹ ਦੇਖੋ ਇਹ ਆ ਲਓ, ਵਾਰੀ ਤਾਂ ਭੱਜੀ ਫਿਰਦੀ, ਸਪਰਿੰਗ ਲਾਇਆ ਹੋਇਆ, ਬਾਂਹ ਨੂੰ ਪੂਰਾ ਗਾਰਡਰ ਗਿਆ ਮਿੱਤਰੋ। ਅਤੇ ਮਿਲਾਂਗੇ ਤੁਹਾਨੂੰ ਕੱਲ੍ਹ ਨੂੰ ਬਾਜੀ 'ਤੇ। ਅੱਜ ਯਾਰ ਵਲੋਗ ਨਾ ਸੁਬਾ ਕਬੂਤਰ ਤਾਂ ਕੱਢੇ ਸੀ, ਬਣਾਉਣ ਨੂੰ ਚੇਤ ਨਹੀਂ ਕੀਤਾ ਮੇਰਾ, ਕਿਉਂ ਮੇਰੀ ਸਿਹਤ ਨਹੀਂ ਠੀਕ ਸੀ, ਤਾਂ ਕਰਕੇ ਮੈਂ ਖਾ ਦੱਸਦਾ, ਅਤੇ ਮੈਂ ਕਬੂਤਰ ਵੀ ਦਿਖਾ ਦੇਈਏ ਨਾਲੇ, ਉਹ ਤੀਰਥ ਘਰੋਂ ਅਤੇ ਆਪਣੇ ਘਰੋਂ ਸ਼ਾਖੀ। ਅਤੇ ਕੱਲ੍ਹ ਨੂੰ ਛੱਡਾਂਗੇ ਆਪਾਂ ਪਿੰਡ ਮਹਿਲਕਲਾ ਕੋੜੀ ਸਿੱਖਾਂ ਦੇ ਨਾਲ, ਬਲਾਮ ਬਣਾਵਾਂਗੇ ਵਲੋਗ, ਅਤੇ ਵਲੋਗ 'ਚ ਤੁਸੀਂ ਦੇਖ ਲਿਓ ਵੀ ਕੀ ਬਣਦਾ ਵਾ, ਜਾ ਕੇ ਇਹਨਾਂ ਨੂੰ ਵਿਚਾਰੇ ਰੱਬ ਦਾ ਨਾਂ ਲੈ ਕੇ ਮਾਰ ਦੇਣਾ, ਓਲਾ ਜਿੱਤ ਹਾਰ ਮਹਾਰਾਜ ਦਾ ਹੱਥ ਪਾਸਾ। ਅਤੇ ਬਾਕੀ ਕੋਈ ਨਾ, ਤੁਸੀਂ ਵੀ ਮਿੱਤਰੋ ਦੁਆਵਾਂ ਕਰਿਓ ਵੀ ਬਾਜੀ ਆਪਾਂ ਜਿੱਤ ਜਾਈਏ, ਅਤੇ ਹਾਂ ਵੀ ਕੋਈ ਨਾ ਕੋਈ ਨਾ। ਬਾਕੀ ਇੱਥੋਂ ਮੈਂ ਨਾ ਗੇੜੇ ਜਿੱਦਣ ਗੇੜੇ ਪੁਆਏ ਪਰਸੋਂ ਦੇ ਮਿੱਤਰੋ, ਉਦਣ ਦੀ ਇੱਥੇ ਲਿਆਂਦੀਆਂ ਵਾਂਗਾ ਇਹ ਤੀਰਥ ਕੋਲ, ਤਾਂ ਮੈਂ ਕੱਲ੍ਹ ਹੀ ਫੜ ਕੇ ਲਿਆ ਕਬੂਤਰੀ ਆਪਣੇ ਲਈ, ਇੱਥੇ ਥੱਲੇ ਆ, ਮਤਲਬ ਕਿ ਉਹ ਵੀ ਐਂ ਪਿੰਜਰੇ ਲਿਆਉਂਦਾ ਥੱਲੇ, ਖੁੱਡੇ 'ਚੋਂ ਕੱਢਾਂਗਾ ਵਾਂਗਾ ਮਤਲਬ ਕਿ, ਠੀਕ ਆ ਜੀ, ਖੁੱਡੇ 'ਚੋਂ ਮਤਲਬ ਕਿ ਯਾਰ ਖੁੱਡੇ 'ਚ ਨਾ ਤਾਪਸ ਵਾਲੀ ਹੈ, ਗਰਮੀ ਵਾਲੀ ਆ, ਤਾਂ ਕਰਕੇ ਇੱਥੇ ਪੱਖੇ ਥੱਲੇ ਲਿਆਉਂਦੀਆਂ ਵਾ, ਪੱਖਾ ਪੁੱਖਾ ਪਰ ਚਲਾ ਲੈਂਦੇ ਹੁੰਦੇ ਹਾਂ, 2 ਮਿੰਟ ਲਈ ਹੁਣ ਬੰਦ ਜ਼ਰੂਰ ਕੀਤਾ ਸੀਗਾ ਦੇਖੋ। ਅਤੇ ਬਾਕੀ ਮਿਲਦੇ ਹਾਂ ਮਿੱਤਰੋ ਤੁਹਾਨੂੰ ਕੱਲ੍ਹ ਦੇ ਬਾਜੀ ਵਾਲੀ ਵਲੋਗ ਦੇ ਨਾਲ, ਵੀਡੀਓ ਦੇ ਨਾਲ, ਬਾਏ ਮਿੱਤਰੋ।